मेरा सतगुरु नानक चैनल नाल जुड़ी हुई सारी ही संगत का बहुत बहुत धन्यवाद ते बहुत बहुत शुक्रिया जी टीम वालों। वीडियो नूं शेयर जरूर करना ते लाइक कमेंट करके अपना प्यार जिहड़ा है टीम नूं बख्शिश करना ते मेरा सतगुरु नानक चैनल सबसक्राइब कर लियो और घंटी नूं जरूर दबा लियो तां जो हर एक वीडियो का नोटिफिकेशन तुहाडे तक सब तों पहलां पहुँचदा हो सके। सो किसी भी तरह की जानकारी लई टीम का नंबर नोट कर लो जी 79 86 49 77 84 के उपर तुसी कॉल करके अपनी जानकारी प्राप्त कर सकते हो। अज की जिहड़ी वीडियो है वो आप खास तौर पर समझनी है क्योंकि बड़े ही सवाल जवाब से उन्हां जवाब सवालों क्लीयर करने के लिए अज की वीडियो जिहड़ी है आप सांझी करन लगे हाँ। फतेह बुला के हाजरी लगवाओ जी, आखो वाहिगुरू जी का खालसा वाहिगुरू जी की फतेह। गुरु प्यारी सार संगत जी, अज दुनिया दे विच हर कोई बंदा अपनी इच्छा धार के बैठा है कि मेरी इच्छा पूरी होवे, मेरियां मनोकामनावां पूरियां होण ते मैनूं सारा कुछ मिल जाए। आपां हर एक बंदे नूं वेखदे आं, किसे मर्जी नूं छेड़ लो, हर कोई बंदा कहिंदा जी मैनूं बहुत कुछ चाहीदा, मैं बहुत नाम कमाउणा है, मैनूं बड़ा कुछ जिंदगी च चाहीदा है। ਕਿਹੜਾ ਨਹੀਂ ਕਹਿੰਦਾ ਕਿ ਮੇਰਾ ਨਾਮ ਨਾ ਬਣੇ, ਜਾਂ ਜੇ ਕਿਹੜਾ ਨਹੀਂ ਕਹਿੰਦਾ ਕਿ ਮੈਨੂੰ ਕੁਝ ਨਾ ਮਿਲੇ ਜਾਂ ਮੈਨੂੰ ਕੁਝ ਨਹੀਂ ਚਾਹੀਦਾ। ਹਰ ਕੋਈ ਕਹਿੰਦਾ ਵੀ ਮੈਨੂੰ ਸਭ ਕੁਝ ਚਾਹੀਦਾ ਹੈ, ਬੰਦਾ ਕਹਿੰਦਾ ਮੇਰੇ ਕੋਲ ਸਭ ਕੁਝ ਹੋਵੇ, ਪਰ ਜੇ ਪੁੱਛੀਏ ਵੀ ਤੇਰੇ ਕੋਲ ਨਾਮ ਦੀ ਕਮਾਈ ਕਿੰਨੀ ਕੁ ਹੈ, ਬੰਦੇ ਦੀ ਬੋਲਤੀ ਬੰਦ ਹੋ ਜਾਂਦੀ ਹੈ। ਬੰਦਾ ਕਹਿੰਦਾ ਮੈਨੂੰ ਗੁਰੂ ਨਾਨਕ ਨੇ ਕੁਝ ਦਿੱਤਾ ਨਹੀਂ, ਅਤੇ ਬੰਦੇ ਨੂੰ ਪੁੱਛੀਏ ਵੀ ਤੇਰੇ ਨਿਤਨੇਮ ਕਿੰਨਾ ਹੈ, ਬੰਦਾ ਕਹਿੰਦਾ ਮੇਰਾ ਤਾਂ ਨਿਤਨੇਮ ਹੀ ਹੈ ਨਹੀਂ। ਲੋੜ ਹੈ ਅੱਜ, ਘਾਟ ਇਸ ਚੀਜ਼ ਦੀ। ਜੇ ਬੰਦਾ ਕਹਿੰਦਾ ਮੈਂ ਪਾਠ ਹੀ ਬੜੇ ਕਰਦਾ ਜੀ, ਮੇਰੇ 'ਤੇ ਕਿਰਪਾ ਨਹੀਂ ਹੁੰਦੀ, ਉਹ ਭਲਿਓ, ਕਿਰਪਾ ਉੱਥੇ ਹੁੰਦੀ ਹੈ ਜਿੱਥੇ ਆਪਣਾ ਵੀ ਭਲਾ ਅਤੇ ਦੂਸਰੇ ਦਾ ਵੀ ਭਲਾ ਹੋਵੇ, ਆਪਣੀ ਮੰਗ ਉਹ ਪੂਰੀ ਹੁੰਦੀ ਹੈ। ਦੂਸਰੀ ਗੱਲ, ਜੇ ਮੰਗ ਮੰਗਣ ਵਿੱਚ ਹੀ ਘਾਟ ਛੱਡੀ ਹੋਵੇ ਫਿਰ ਗੁਰੂ ਪਾਤਸ਼ਾਹ ਉਸ ਮੰਗ ਨੂੰ ਕਿਵੇਂ ਪੂਰੀ ਕਰਨਗੇ? ਦੇਖੋ, ਪਾਠ ਕਰਨਾ ਆਪਣੀ ਮੰਗ ਆਪਣੀ ਇੱਛਾ ਪੂਰੀ ਕਰਵਾਉਣ ਦੇ ਲਈ। ਜੇ ਹੁਣ ਬੰਦਾ ਕਹੇ ਵੀ ਮੈਂ ਪਾਠ ਕਰਦਾ ਜੀ ਫਲਾਣੇ ਦਾ ਬੁਰਾ ਹੋ ਜਾਵੇ ਅਤੇ ਮੇਰਾ ਚੰਗਾ ਹੋਵੇ, ਅਤੇ ਉਹ ਥੋੜ੍ਹੀ ਗੁਰੂ ਪਾਤਸ਼ਾਹ ਪੂਰਾ ਕਰਨਗੇ। ਸਮਝਣਾ ਪੈਣਾ ਸਾਨੂੰ, ਗੁਰੂ ਬਾ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੇ ਮਨ ਨੂੰ ਸ਼ਾਂਤੀ ਦੇਣ ਲਈ, ਅਤੇ ਗੁਰਬਾਣੀ ਦਾ ਪਾਠ ਕਰਨਾ ਆਪਣੀ ਚੜ੍ਹਦੀ ਕਲਾ ਦੇ ਲਈ, ਗੁਰਬਾਣੀ ਦਾ ਪਾਠ ਕਰਨਾ ਵੀ ਸੱਚੇ ਪਾਤਸ਼ਾਹ ਸਰਬੱਤ ਦਾ ਹੀ ਭਲਾ ਕਰੀ। ਇੱਦਾਂ ਪੂਰੀਆਂ ਹੁੰਦੀਆਂ ਨਾ ਮਨੋਕਾਮਨਾਵਾਂ। ਸ਼ਬਦ ਦਾ ਪੂਰਨ ਰੂਪ 'ਚ ਅਭਿਆਸ ਕਰਨਾ ਹੈ ਵੀ ਕਿਤੇ ਗੁਰਬਾਣੀ ਦਾ ਸ਼ਬਦ ਜਿਹੜਾ ਹੈ ਉਹਦੇ ਵਿੱਚ ਗਲਤ ਨਾ ਕੁਝ ਬੋਲਿਆ ਜਾਏ ਜਾਂ ਕੁਝ ਗਲਤ ਵਰਡਿੰਗ ਉਹਦੀ ਨਾ ਹੋ ਜਾਏ। ਸ਼ੁੱਧ ਪਾਠ ਕਰਨਾ ਹੈ, ਕਹਿਣ ਤੋਂ ਭਾਵ ਸ਼ੁੱਧ ਹੋਵੇ ਗੁਰਬਾਣੀ ਦਾ ਕੀਤਾ ਹੋਇਆ ਪਾਠ, ਫਿਰ ਕਿਰਪਾ ਹੁੰਦੀ ਹੈ। ਮੈਂ ਜਿਹੜੀ ਕਿਰਪਾ ਦੀ ਗੱਲ ਕਰ ਰਿਹਾ ਗੁਰੂ ਪਿਆਰ ਵਾਲੇ, ਉਹ ਕਿਰਪਾ ਹੁੰਦੀ ਹੈ ਜ਼ਰੂਰ, ਸਤਿਗੁਰੂ ਦੀ ਕਿਰਪਾ ਜਿਹੜੀ ਹੈ ਸਭ 'ਤੇ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਹੈ ਬਹੁਤੀ ਕਿਸੇ ਹੈ ਘਨੇਰੀ। ਸਤਿਗੁਰੂ ਕਹਿੰਦੇ ਨੇ ਕਿਸੇ ਹੈ ਥੋੜ੍ਹੀ ਕਿਸੇ ਹੈ ਘਨੇਰੀ, ਕਿਸੇ ਦੇ ਉੱਪਰ ਥੋੜ੍ਹੀ ਹੈ ਕਿਸੇ ਦੇ ਉੱਪਰ ਘਨੇਰੀ ਦੇ ਅਰਥ ਹੁੰਦੇ ਨੇ ਬਹੁਤੀ, ਕਿਸੇ ਦੇ ਉੱਪਰ ਬਹੁਤੀ ਹੈ। ਇਸ ਕਰਕੇ ਕਿਰਪਾ ਤਾਂ ਸਾਰਿਆਂ 'ਤੇ ਹੈ, ਪਰ ਬਹੁਤੀ ਕਿਰਪਾ ਉਹਨਾਂ ਨੂੰ ਜਾਪਦੀ ਹੈ ਜਿਨ੍ਹਾਂ ਦੇ ਮਨ ਗੁਰੂ ਨਾਲ ਜੁੜ ਚੁੱਕੇ ਨੇ, ਉਹ ਸਮਝ ਲਏ ਨੇ ਕਿ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੋਈ ਹੈ ਸਾਡੇ 'ਤੇ, ਕਿਰਪਾ ਹੋ ਰਹੀ ਹੈ, ਚੱਲ ਰਹੀ ਹੈ। ਜਿਹੜੇ ਨਾ ਸ਼ੁਕਰੇ ਬਣੇ ਹੋਏ ਨੇ, ਜਿਹੜੇ ਕਹਿੰਦੇ ਨੇ ਜੀ ਮੇਰੇ ਕੋਲ ਤਾਂ ਕੁਝ ਹੀ ਨਹੀਂ, ਅੱਜ ਤੱਕ ਮੈਨੂੰ ਦਿੱਤਾ ਹੀ ਕੀ ਹੈ, ਉਹਨਾਂ ਨੂੰ ਲੱਗਦਾ ਵੀ ਮੇਰੇ 'ਤੇ ਕਿਰਪਾ ਹੈ ਨਹੀਂ। ਮੈਂ ਦੋਨੇ ਬੇਨਤੀਆਂ ਨੂੰ ਸਮਝਣਾ ਪੈਣਾ, ਪਰ ਜਿਹੜੀ ਬੇਨਤੀ ਆਪਾਂ ਕਰ ਰਹੇ ਹਾਂ ਤਕਰੀਬਨ ਧਿਆਨ ਦੇ ਨਾਲ ਉਹਨੂੰ ਵੀ ਸਮਝਿਓ। ਆਪਾਂ ਕਹਿੰਦੇ ਹਾਂ ਵੀ ਮੈਂ ਮੇਰੀਆਂ ਮਨੋਕਾਮਨਾ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲੇ ਤਾਂ ਇੱਕ ਕੰਮ ਜ਼ਰੂਰ ਕਰਨਾ ਜੀ, ਆਪਣੇ ਮਨ ਦੇ ਵਿੱਚੋਂ ਈਰਖਾ ਦੁਵੈਸ਼ ਬਾਹਰ ਕੱਢ ਦਿਓ, ਸਾਰੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ, ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਆਪਣੀਆਂ। ਚਾਹੇ 10 ਧਾਰ ਲਓ, ਚਾਹੇ 11 ਧਾਰ ਲਓ, ਚਾਹੇ 15 ਧਾਰ ਲਓ, ਜਿੰਨੀਆਂ ਵੀ ਇੱਛਾਵਾਂ ਨੇ ਸਾਰੀਆਂ ਮਾਲਕ ਪੂਰੀਆਂ ਕਰੇਗਾ। ਪਹਿਲਾਂ ਮਨ ਦੇ ਵਿੱਚੋਂ ਈਰਖਾ ਦੁਵੈਸ਼ ਬਾਹਰ ਕੱਢੋ, ਕ੍ਰੋਧ ਬਾਹਰ ਕੱਢੋ, ਐਵੇਂ ਨਾ ਲੋਕਾਂ ਦੇ ਗਲ ਪੇ ਜਾਇਆ ਕਰੋ। ਈਰਖਾ ਦੁਵੈਸ਼ ਨਿੰਦਾ ਚੁਗਲੀ ਬਾਹਰ ਕੱਢ ਕੇ ਸਿੱਟੋ ਹਿਰਦੇ 'ਚੋਂ, ਸਾਰਾ ਕੁਝ ਪੂਰਾ ਹੋਊਗਾ। ਮਹਾਰਾਜ ਕਹਿੰਦੇ ਨੇ ਸਾਰਾ ਕੁਝ, ਇਸ ਦੇਹੀ ਮੈਂ ਪੰਜ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਹੰਕਾਰਾ। ਇਸ ਦੇਹੀ ਦੇ ਵਿੱਚ ਪੰਜ ਚੋਰ ਵਸਦੇ ਪਏ ਨੇ, ਜੇਕਰ ਉਹਨਾਂ ਨੂੰ ਬਾਹਰ ਕੱਢਤਾ ਫਿਰ ਸਮਝ ਲਓ ਕਿਰਪਾ ਹੋ ਗਈ, ਫਿਰ ਨਹੀਂ ਰੁਕਦੀ ਕਿਰਪਾ, ਫਿਰ ਤਾਂ ਸੱਚੇ ਪਾਤਸ਼ਾਹ ਨੇ ਸਮਝ ਲਓ ਕਿਰਪਾ ਕਰ ਦਿੱਤੀ। ਪ੍ਰਤੱਖ ਹੀ ਮਹਾਰਾਜ ਨੇ ਆਪਣੇ ਹਿਰਦੇ ਰੂਪ ਘਰ 'ਚ ਵਾਸਾ ਕਰ ਲਿਆ। ਇਹ ਚੀਜ਼ਾਂ ਦਾ ਤਿਆਗ ਕਰੋ, ਫਿਰ ਅਸਲ ਦੇ ਵਿੱਚ ਕਿਰਪਾ ਹੁੰਦੀ ਹੈ। ਔਰ ਅੱਜ ਦੀ ਜਿਹੜੀ ਵੀਡੀਓ ਹੈ
यह है पूर्ण कृपा दे लई आपां नूं पूर्ण कृपा करवानी पैनी है महाराज तो आपां नूं बेनती करनी पैनी है। देखो जे आपां किसे तो कोई कम लैना है तां जिहड़े शब्द नूं चंगे लगदे ने उह शब्दां दे विच उहनूं बेनती करनी पैंदी है वी हां जी तुहाडा बहुत शुक्रिया तुसीं बड़े चंगे हो इदां दीआं गल्लां बातां दुनियावी तौर ते करनीआं पैंदीआं ने। पर जे परमात्मा तो मनोकामना पूर्ण करवानीआं ने ते परमात्मा दे लई शब्द वरतने पैने ने परमात्मा नूं कहना पैना है भी रब जी तेनू मत्था टेकिया मेरा परवान हो गया तू समझ लै भी सच्चे पातशाह मैं तेरा हाँ तेरे ती आस है मैनू होर किसी दर तो कोई आस नहीं मैं ते तेरा ही हो गया मैनू भरोसा है तेरे ते जो तू करेगा मैनू यकीन है कि तू मेरा चंगा ही करेगा तू मेरा चंगा ही करेगा मैनू किसी ते आस नहीं है सारिया आसा छड़ दित्तियां मैं त्याग दित्तियां मैं बेनती करूंगा कि सच्चे पातशाह ते इन्ना को भरोसा होवे कि उस भरोसे नूं जे कोई आके तोड़न की कोशिश करे वह टुटे ना इन्ना को भरोसा वड्डा होवे इन्ना को भरोसा सतगुरु पातशाह ते होवे जिहड़े मनोकामना पूरियां करदे ने। फिर दूसरे नंबर ते एक शब्द है पंजवें पातशाह दा इस शब्द का जाप करना है। देखो नितनेम तो करना ही करना है जे इस शब्द का जाप भी करांगे गुरबाणी वैसे सारी सत्कार योग है जे इस शब्द का जाप भी करांगे तां भी कृपा अपने ते हो जानी है। आजो उस शब्द की आपां सांझ पाईए फिर अगे आपां गलबात करदे हां। सतनाम वाहिगुरु जी सोरठ महला पंजवा ऐथै ओथै रखवाला प्रभ सतगुर दीन दयाला दास अपने आप राखे घट घट शब्द सुपाखे गुर के चरण ऊपर बल जाई दिन सरैन सास सास संभाली पूरन सवनी थाई रहाओ आप सहाई होआ सच्चे दा सच्चा ढोआ तेरी भगत वड्याई पाई नानक प्रभ शरणाई। इस शब्द का जाप रोज करना है सारिया मनोकामनावान शुभ भावनावान ने जिहड़ियां सारिया पूरियां हो जाने बस एक गल का ध्यान जरूर रखना है सबे सांझी वाल सदाइन तू किसे ना दिसै वाहरा जियो बस ये समझना है भी परमात्मा सारा कुछ तेरा ही है तेरी रजा विच ही चल रहा है तू ही तू है परमात्मा सारे पासे तू है सबना उपर तेरी जोत है सबना विच तेरी जोत चल रही है सबना दे विच तू बस रहा है परमात्मा एक एक टक कृपा दृष्टि होवे जदों गुरु ग्रंथ साहिब नूं मत्था टेकदे आ उदों भावना हो के सच्चे पातशाह के मैं तेरा ही हाँ तेरा ही हो गया मैनूं इन्नी क कृपा करी मेरे हिस्से दीआं खुशियां दे दी मैं इन्नी कहिंदा तू लोकां दीआं उजाड़ दे लोकां दीआं लोकां नूं दई ते सच्चे पातशाह इन्नी को मेरे ते कृपा करी मैं दूसरे नूं देख के कदे दुखी ना होवां मैं सदा ही तेरा शुकराना करदा रहां। यह भावना मन में जरूर होवे इस शब्द का जाप रोज़ जरूर करना है ते मत्था टेकन वेले मत्था टेकन तो भाव हुंदा है कि सच्चे पातशाह मैं तेरे अगे मत्था टेकदा मैं तेरियां सारियां गल्लां नूं मनदा इहो गल्लां मनण वालियां ने जे इहो ही गल्लां गुरु पातशाह दीआं मन लईआं फिर समझ लो अपने ते कृपा हो गई ते अज इन्हां ही बातां नूं समझण दी लोड़ है। सतगुरु सच्चे पातशाह जी कृपा करन मेहर करन और पूर्ण रूप विच कृपा सतगुरु ने तां करनी है जे पूर्ण रूप विच विधि दे अनुसार जो आपां सारा समझिया है उहदे मुताबक जे कृपा सतगुरु तो करवानी है अपनी मत नहीं वरतनी गुर की मत तों लिहे याने भगत बिना बहुत डूबे सियाने बस ये समझ के सिद्धांत नूं चलना है इस सिद्धांत के उपर पहरा देना है पूरा। सतगुरु सच्चे पातशाह जी कृपा करन मेरा सतगुरु नानक चैनल नाल जुड़े रहो ते वीडियो नूं शेयर जरूर करो लाइक कमेंट करके अपना प्यार जिहड़ा है टीम नूं बख्शिश करो मेरा सतगुरु नानक चैनल सबसक्राइब कर लियो जिहड़े वीर भैण नवें आए ने घंटी नूं जरूर दबा लियो हर एक वीडियो का नोटिफिकेशन तुहाडे तक सब तो पहला पहुँच सकेगा और किसी भी तरह की जानकारी लई टीम का नंबर नोट कर सकते हो 79-86-49-77-84 के उपर तुसीं कॉल कर सकते हो बेनतियां करो जी परवान गज वज के फतेह बुलाओ जी आखो वाहिगुरू जी का खालसा वाहिगुरू जी की फतेह।